SDM ਦਫ਼ਤਰ ਫਿਲੌਰ ਵਿਖੇ ਜਮਹੂਰੀ ਕਿਸਾਨ ਸਭਾ ਵੱਲੋਂ ਇੱਕ ਮੰਗ ਪੱਤਰ SDM ਨਵਨੀਤ ਕੌਰ ਬਲ ਨੂੰ ਦਿੱਤਾ ਗਿਆ। ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਕੁਲਦੀਪ ਫਿਲੌਰ ਨੇ ਕਿਹਾ ਕਿ ਬਿਜਲੀ ਦੀਆਂ ਪੁਰਾਣੀਆਂ ਅਤੇ ਢਿੱਲੀਆਂ ਤਾਰਾਂ ਦੀ ਮਾੜੀ ਹਾਲਤ ਹੋਣ ਕਰਕੇ ਬਹੁਤ ਸਾਰੇ ਕਿਸਾਨਾਂ ਦਾ ਅੱਗ ਲੱਗਣ ਕਾਰਨ ਨੁਕਸਾਨ ਹੋਇਆ। ਡੈਰੀਆਂ ਦੇ 24 ਘੰਟੇ ਬਿਜਲੀ ਦਾ ਪ੍ਰਬੰਧ ਨਹੀਂ ਹੋ ਰਿਹਾ। ਉਹਨੇ ਕਿਹਾ ਕਿ ਕਣਕ ਤੇ ਤੂੜੀ ਸੜਨ ਨਾਲ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਸਦਾ ਮੁਆਵਜ਼ਾ ਜਲਦੀ ਹੀ ਕਿਸਾਨਾਂ ਨੂੰ ਦਿੱਤਾ ਜਾਵੇ। ਕਿਸਾਨ ਸਭਾ ਵੱਲੋਂ SDM ਸਾਹਿਬ ਨੂੰ ਮੰਗ ਪੱਤਰ ਦਿੱਤਾ, ਉਹਦੇ ਵਿੱਚ ਸੀਗਾ ਜਿਹੜੇ ਪਿਛਲੇ ਦਿਨੀ ਕਣਕਾਂ ਲੂਹ ਹੋਈਆਂ ਔਰ ਨਾੜ ਲੂਹ ਹੋਏ ਆ ਉਹਦੇ ਮੁਆਵਜ਼ੇ ਲਈ, ਔਰ ਹੁਣ ਥੋੜ੍ਹੇ ਦਿਨੀ ਫਿਰ ਤੂੜੀ ਲੂਹ ਹੋਈ ਆ, ਕੁੱਪ ਲੂਹ ਹੋ ਗਏ ਆ, ਉਹਦੇ ਲਈ ਅਸੀਂ ਸਰਕਾਰ ਨੂੰ ਕਿਹਾ ਵੀ ਇਹਨਾਂ ਲੋਕਾਂ ਨੂੰ ਜਿਹੜੀ ਆ ਤੁਰੰਤ ਮੁਆਵਜ਼ਾ ਦਿੱਤਾ ਜਾਵੇ, ਗਿਰਦਾਵਰੀ ਕਰਾ ਕੇ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਨਾਲ ਹੀ ਅਸੀਂ ਇੱਕ ਇੱਕ ਇਹ ਮੰਗ ਕਰਦੇ ਹਾਂ ਜਮਹੂਰੀ ਕਿਸਾਨ ਸਭਾ ਵੱਲੋਂ, ਸਾਡੇ ਇਲਾਕੇ ਦੇ ਵਿੱਚ ਫੈਡ ਬ੍ਰਿਗੇਡ ਦੀ ਬਹੁਤ ਘਾਟ ਆ, ਅਸੀਂ ਉਹ ਫੈਡ ਬ੍ਰਿਗੇਡ ਦੀ ਮੰਗ ਕਰਦੇ ਹਾਂ, ਪੁਰਜੋਗ ਮੰਗ ਕਰ ਰਹੇ ਹਾਂ ਕਿ ਸਾਡੇ ਇਲਾਕੇ ਨੂੰ ਫੈਡ ਬ੍ਰਿਗੇਡ ਦੀ ਜਿਹੜੀ ਬਹੁਤ ਵੱਡੀ ਜ਼ਰੂਰਤ ਆ ਉਹ ਸਰਕਾਰ ਛੇਤੀ ਤੋਂ ਛੇਤੀ ਇਹ ਮੰਗ ਪੂਰੀ ਕਰੇ ਸਾਡੇ ਇਲਾਕੇ। ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ, ਚੈਨਲ 2।